غیرت کے مہر و ماں عمبر کے ساتھ ہے. توجہ کرائے اور میں جلیل بھائی سنانا چاہنا, غیرت کے مہر و ماں عمبر کے ساتھ ہے. ہم آج بھی حسین کے لشکر کے ساتھ ہیں, غیرت کے مہر و ماں عمبر کے ساتھ ہیں. ہم آج بھی حسین کے لشکر کے ساتھ ہیں. ارمن تو اپنی ماں کی بھی نظروں سے گر گیا, دنیا کی ساری مائیں علی اصغر کے ساتھ ہیں. غیرت کے مہر و ماں عمبر کے ساتھ ہیں, ہم آج بھی حسین کے لشکر کے ساتھ ہیں. اور حرمت تو اپنی ماں کی بھی نظروں سے گر گیا, دنیا کی ساری مائیں علی اصغر کے ساتھ ہیں. مولا تم سلامت رکھے. اب آپ شاد رہو لو قصیدہ سنو گا کہ میں اس کے چھوڑا سلوات سارے بابا جی بلند فرما. جناب قصیدہ سنانا چاہنا, جیڑی جیڑی جات تشریف فرماؤ اجازت نہ سنا دے قصیدہ. 1965 کا واقعہ جسے تو قصیدہ شروع کیا جائے, سید قرار حیدر کیپٹن پنجاب یونٹ رجوٹ پنجاب, سید زادہ نقوی بخاری سید کیپٹن نے اگے سیکٹر 9 کتاب کا نام ہے جس اس واقعہ پڑھے ہیں, اجے بھی موجود ہے جیسے طالب علم انہوں نے پتا, اسی سیکٹر 9 کتاب کا نام ہے جنہوں نے دلچسپی ہے ملک کی سرحد پڑھنے والے کتاب. میں پڑھیا کیپٹن صاحب اور سید زادہ فرمندہ تو میں جاتے جا کے 12 سپاہی رہ گئے میرے سامنے, ایک ایک روک میرے نوجوان لکھتے رہے لکھتے رہے, جب 12 رہ گئے ایک میرے کو آ گیا تو سکے شاہ جی میرا پیو تو خیبر ایک منٹ چل گیا اور مہربانی کر گیا سائن اتنے جونے پیچھا لے چل تو یہاں پہ ان کا کوئی عملہ کرا جی دے یا سینا ربی یا ملے نہ رہ جائے کیونکہ دوست ہمارے پہلے میدان بنے پہ ہے. انہیں کہا کہ ورد کرو جنہوں نے ورد کیتا ہے پہلے قصیدہ ورد شروع کیتا گیا کہ پھر شیر اور لکھے گئے جنہی شاہ صاحب ظالم کی بھی قصیدہ نہیں چاہتے کہ انہوں نے غلط کی سینا کہ ہر پاسے گوڑے برستے پہنے گوڑیاں چلنی ہیں پہنے کہ میں جناب ورد انہوں نے دسے ہے او انہوں نے دسے ہے میں جناب انہوں قصیدہ تو انہوں مرد کرنا چاہنا انہوں کیا کہ انہوں نے گھبراؤ نہیں رومو نہیں جیڑے جیڑے ہوں دن پیارے ساری ہوں سانیا خیال رکھا ساری مر جائے شادی دوجے
ਗੱਲ ਤੈਨੂੰ ਕੀ ਹੋ ਗਈ? ਇਹ ਫਿਰ ਸਟੈਂਡ ਹੈ, ਥੋੜਾ ਜਿਹਾ ਉੱਥੇ ਟੁੱਟ ਜਾਈ, ਉੱਥੇ ਡੀਸੀ ਹੁੰਦਾ, ਮਾਰੀ ਖੋਲੋ ਰਾਤ, ਵਜ਼ੀਰ ਆਜ਼ਮ ਦੇ ਪੁੱਤਰ ਦੀ ਸ਼ਾਦੀ ਉੱਥੇ ਡੀਸੀ ਆ ਗਿਆ, ਮਾਰੀ ਖੋਲੀ, ਬੰਦੇ ਨੂੰ ਰਿਸੀਵ ਕੀਤਾ, ਅੰਦਰ ਲੈ ਗਏ, ਓਏ ਹਵਾਲਦਾਰ ਨੂੰ ਆਖੋ ਇਹਨੂੰ ਉੱਥੇ ਲੈ ਜਾਓ, ਔਰ ਇਸ ਸਾਫ਼ ਪੁੱਤਰ ਨੂੰ ਰੁਕੋ ਉੱਥੇ ਲੈ ਜਾਓ, ਐਸਾ ਜਿਹੜੀ ਇੱਥੇ ਜਾ ਕੇ ਨੌਕਰੀ ਦਾ ਸਟਾਈਲ ਬਦਲ ਜਾਂਦਾ ਤੇ ਉਦੋਂ ਵੀ ਸ਼ਾਦੀ ਜਿਸ ਤੇ ਵੀ ਹੋਵੇ ਬੰਦੇ ਹੀ ਕਮੀ ਹੁੰਦੇ ਨੇ, ਬੰਦੇ ਕਮੀ ਹੁੰਦੇ ਨੇ। ਆਓ ਅਲੀ ਦੀ ਅੰਸਰੀ ਕਰਨ ਵਾਲੇ ਹੋ, ਮੈਂ ਤੁਹਾਨੂੰ ਅਲੀ ਅਗਲਾ ਤੋਂ ਸਲਾਮ ਦਾ ਮੁਕਾਮ ਦੱਸਾਂ। ਜਬ ਸ਼ਾਦੀ ਜਗਤੇ ਅਲੀ ਦੀ ਹੈ ਵੇਖੀਏ, ਜਬ ਸ਼ਾਦੀ ਜਗਤੇ ਅਲੀ ਦੀ ਹੈ ਵੇਖੀ, ਸਾਰੀ ਜੰਜ ਅੰਜਮਨ ਜਲੀ ਦੀ ਹੈ ਵੇਖੀ, ਸਾਰੀ ਜੰਜ ਅੰਜਮਨ ਜਲੀ ਦੀ ਹੈ ਵੇਖੀ, ਚੰਮੀ ਬਣੇ ਨੇ ਸਿਤਾਰੇ ਅਲੀ ਦੇ। ਆਦਰ ਜੀ ਇਜ਼ਰਾਈਲ ਮੇਕਾਈ ਜਬਰੀਲ ਇਹ ਨਾਜ਼ਮੇ ਆਹਾਂ ਅਲੀ ਦਾ ਕਲਾਮ ਦੀ ਸ਼ਾਦੀ ਹੈ। ਜਿਹੜੇ ਹਮਸਰੀ ਕਰਦੇ ਨੇ ਪੈਸਾ ਦਾ ਸੀ ਉਹਨਾਂ ਦੇ ਵਿਹੜੇ ਚੋਂ ਨਹੀਂ, ਗਲੀ ਚੋਂ ਇਜ਼ਰਾਈਲ ਫੇਰਾ ਮਾਰ ਕੇ ਕੋਈ ਖੰਡ ਲੰਘ ਜਾਏ, ਬੰਦੇ ਜਨਾਜ਼ਾ ਚਾਹ ਕੇ ਆ ਗਏ, ਵੇਖ ਲਓ ਇਸ ਤੋਂ ਜਲਦੀ ਮੈਂ ਨਹੀਂ ਕਰ ਸਕਦਾ। ਬੰਦੇ ਜਨਾਜ਼ਾ ਚਾਹ ਕੇ ਆ ਗਏ, ਮੌਲਾ ਇਹ ਜਿਹੜਾ ਬੰਦਾ ਮਰ ਗਿਆ ਨਾ, ਇਹਦੀ ਡਾਇਰੀ ਮਿਲੀ ਹੈ, ਇਹਦੀ ਸਲੀਫੇ ਰਾਈ, ਮੈਂ ਮਰ ਜਾਵਾਂ ਤੇ ਮੇਰਾ ਜਨਾਜ਼ਾ ਮੌਲਾ ਨਹੀਂ ਪੜਾ, ਮੇਰਾ ਮੌਲਾ ਜਨਾਜ਼ਾ ਮੌਲਾ ਮੇਰਾ ਜਨਾਜ਼ਾ ਨਹੀਂ ਦਾ ਕਲਾਮ ਪੜਾ। ਮਿਹਰਬਾਨੀ ਕਰੋ ਮੌਲਾ ਦਾ ਜਨਾਜ਼ਾ, ਗੌਰ ਹੈ ਨਾ ਮੇਰੇ ਪਾਸੇ, ਮੌਲਾ ਦਾ ਜਨਾਜ਼ਾ ਪੜਾਓ। ਸਰਕਾਰ ਦੇ ਪਾਸੇ ਵੇਖ ਕੇ ਆਦੇ ਨੇ, ਇਹ ਤੇ ਜਨਾਜ਼ਾ ਹੈ, ਮੈਨੂੰ ਜਾਣਦੇ ਹੋ ਮੈਂ ਕੌਣ ਹਾਂ। ਨਹੀਂ ਖੈਰ ਕੋਈ ਬਾਤ ਤੇ ਨਹੀਂ, ਮੌਲਾ ਤੁਹਾਨੂੰ ਕੌਣ ਬਦ ਵਕਤ ਨਹੀਂ ਜਾਣਦਾ, ਮਿਹਰਬਾਨੀ ਫਰਮਾਓ ਜਨਾਜ਼ਾ ਪੜਾਓ। ਸਰਕਾਰ ਫਰਮਾਇਆ ਫਿਰ ਸੋਚ ਲਓ, ਨਹੀਂ ਮੌਲਾ ਮਿਹਰਬਾਨੀ ਕਰੋ, ਸਫ਼ਰ ਆਈ ਕਰੋ। ਚਲੋ ਸਫ਼ਰ ਆਈ ਹੋ ਗਈ, ਸਰਕਾਰ ਮੰਨਣਾ ਜਨਾਜ਼ਾ ਚਾਹ ਕੇ ਆਉਣ ਵਾਲੇ ਹੋ, ਤੁਹਾਡੇ ਚੋਂ ਤਾਂ ਪਿਓ ਕਿਹੜਾ ਹੈ? ਤੇ ਸਲਮਾਨ ਪਹਿਲਾਂ ਚੱਕ ਲਾ ਕੇ ਆਉਂਦਾ, ਜੇ ਇਹਦਾ ਕੋਈ ਪਿਓ ਹੁੰਦਾ ਤੇ ਤੈਨੂੰ ਅਰਮਾਨ ਹੁੰਦਾ। ਸਲਮਾਨ ਯਾਰ ਇਹਨੇ ਬਈ ਇਹ ਬੰਦਾ ਮਰਾ ਲੈਣ ਲੱਗੇ ਤੇ ਇਹਨਾਂ ਨੂੰ ਦੱਸ ਮੈਂ ਕੌਣ, ਇਹਨਾਂ ਨੂੰ ਦੱਸ ਮੈਂ ਕੌਣ। ਸਲਮਾਨ ਕਰੀਬ ਆਇਆ, ਕਹਿ ਦੇਣ ਓਏ ਜਨਾਜ਼ਾ ਚਾਹ ਕੇ ਆਉਣ ਵਾਲਿਓ, ਜਾਣਦੇ ਹੋ ਕੌਣ? ਮੌਲਾ ਨੂੰ ਜਾਣਦੇ ਹੋ? ਜਾਣਦੇ ਆ, ਕਿਉਂਕਿ ਜ਼ੋਰ ਤੋਂ ਲੱਗ ਨਹੀਂ ਸਕਦਾ, ਕਿਉਂਕਿ ਮੌਲਾ ਦੇ ਵਾਸਤੇ ਕਹਿੰਦੇ ਤਾਂ ਥੋੜਾ ਜਿਹਾ ਤੁਸੀਂ ਮਿਲਾ ਦੇਣਾ ਸੋ ਕੁਝ, ਮੈਂ ਮੌਲਾ ਜਾਣਦੇ ਹੋ ਕੌਣ ਹੈ? ਪੜਾਵਾਂ ਜਨਾਜ਼ਾ, ਇਜ਼ਰਾਈਲ ਨੂੰ ਪਤਾ ਲੱਗ ਗਿਆ ਕਿ ਮੌਲਾ ਕਿਉਂ ਸੱਚਾ, ਅੱਖੇ ਨਹੀਂ ਪੈ ਲੱਗਦੇ। ਤੁਹਾਨੂੰ ਦੱਸਦੇ ਵਾ ਜਿੰਨਾ ਚਿਰ ਹੈ ਸਹੀਦਾਂ ਦੀ ਤਾਬੇਦਾਰੀ ਕੀਤਾ ਕਰੋ, ਉਦਨਾ ਚਿਰ ਬੰਦਾ ਮਰਦਾ ਵੀ ਨਹੀਂ ਜੇ ਜਿਤਨਾ ਚਿਰ ਨਿੱਥੇ ਉਹਦੇ ਦਸਤਖਤ ਨਾ ਹੋਣ। ਹਾਂ ਨਿੱਚੇ ਬੰਦਾ ਮਰੇ ਹੀ ਨਹੀਂ ਤੇ ਡਰ ਦੇ ਬਾਹਰ ਕਰ ਸਕਦੇ। ਸਾਹਿਬ ਉਮਰ ਦੇ ਜਿੰਨੇ ਚਿਰ ਦਾ ਸਤ ਨਾ ਹੋ, ਉਹਨਾਂ ਚਿਰ ਬੰਦਾ ਮਰਦਾ ਹੀ ਨਹੀਂ, ਅਲੀ ਸਰਕਾਰ ਦੇ ਜਿੰਨਾ ਚਿਰ ਦਾ ਸਤ ਨਾ ਹੋਣ ਉਹਨਾਂ ਚਿਰ ਬੰਦਾ ਮਰਦਾ ਹੀ ਨਹੀਂ। ਜਦੋਂ ਮੌਲਾ ਦਾ ਮੂਡ ਬਣ ਗਿਆ ਨਾ, ਪੜਾਵਾਂ ਜਨਾਜ਼ਾ, ਇਜ਼ਰਾਈਲ ਬਚ ਕੇ ਗਰੀਬ ਆ, ਪੈ ਗਿਆ ਅਸਰੈਨ ਜੀ ਵੀ, ਜੇ ਮੂਡ ਬਣ ਗਈ ਤੇ ਇੱਥੇ ਵੀ ਗੋਗੀ ਪਾ ਚੱਲ। ਮੌਲਾ ਜੇ ਮੂਡ ਬਣ ਗਈ ਨਾ, ਇੱਥੇ ਵੀ ਗੋਗੀ ਪਾ ਛੜੀ, ਇੱਥੇ ਵੀ ਫਿਰ ਗੋਗੀ ਪਾ ਛੜੀ। ਮੌਲਾ ਜੇ ਮੂਡ ਉੱਠ ਗਿਆ ਤੇ ਮੈਂ ਤੇਰਾ ਨੌਕਰ ਹੀ ਨਾ ਹੋਊਗਾ। ਇਜ਼ਰਾਈਲ ਇਨਸ਼ਾਈ ਥੋੜਾ ਜਿਹਾ ਪਰਾਂ ਗਿਆ ਤੇ ਪਿੱਛੇ ਬਚ ਪਿਆ, ਉਹ ਫੈਲ ਸੇ ਮੌਲਾ ਫਰਮਾਇਆ ਕਿਉਂ ਮੌਲਾ ਆ ਗਏ? ਉਸਦਾ ਕਹਿੰਦਾ ਮੌਲਾ ਗੱਲ ਭੁੱਲ ਗਿਆ, ਇਕੱਲੇ ਦੇ ਕੀਤੇ ਜੀ ਸਾਰੇ ਟੱਬਰੇ ਤੇ ਕੀਤੇ। ਮੌਲਾ ਫਰਮਾਇਆ ਇਹਦਾ ਜੁਰਮ ਇਹਨੂੰ ਮਾਰਨਾ, ਉਹਦਾ ਕਹਿੰਦਾ ਮੌਲਾ ਤੇ ਜਿਸ ਵੇਲੇ ਦੀ ਪੈਣੀ ਮੇਰੀ ਕਲਮ ਰੱਖੀ ਹੈ ਤੇ ਆਲਾ ਕੰਮ ਉਸ ਵੇਲੇ ਕਰ ਛੱਡ, ਉਹ ਨਹੀਂ ਉਹ ਛੱਡ। ਹਾਂ ਤੇ ਮੈਂ ਇੱਥੇ ਖੋਦੇ ਜੇ ਮੂਡ ਬਣ ਪਵੇ, ਕਿਉਂ ਤੂੰ ਕਹਿਣਾ ਤਾਂ ਸ਼ਹਿਨਸ਼ਾਹ ਲੱਜ ਪਾ ਦੇ ਮੈਂ ਜੋੜ ਦਾ ਮੂਡ ਬਣ ਪਾ, ਫਿਰ ਸਕੂਲ ਅਜੇ ਮੈਂ ਉੱਥੇ ਨਹੀਂ ਜਾਂਦਾ, ਕਿਉਂਕਿ ਮੈਂ ਰਾਤ ਨੂੰ ਤੈਨੂੰ ਮੈਂ ਤੈਨੂੰ ਸਿਰਫ ਫਿਰ ਪਿਸ਼ਾਬ ਦੇਣਾ ਹੁੰਦਾ ਕਾਇਨਾਤ ਦਾ ਬਾਦਸ਼ਾਹ। ਮਰ ਪਰ ਮੈਂ ਉੱਥੇ ਖੜੋ ਜਾ, ਹੋ ਸਕਦਾ ਮੈਂ ਕੰਮ ਇੰਝ ਹੋ ਜਾਏ। ਹੁਣ ਬਾਈ ਦੱਸ ਆ ਬਾਈ ਉਹਦੇ ਚ ਮੌਲਾ ਇਹਦਾ ਕੰਮ ਕਰ ਕੇ ਰਿਹਾ, ਤੇ ਸਿਰਮਾਨ ਤੈਨੂੰ ਕੀ ਪਤਾ ਕੰਮ ਕਰ ਕੇ ਰਿਹਾ? ਸਰਕਾਰ ਸਿਰਮਾਨ ਆ ਤੇ ਮੌਲਾ ਮੈਂ ਤੇਰੇ ਪੁੱਤਰਾਂ ਦਾ ਨੌਕਰ ਹਾਂ, ਇਹ ਕਹੀ ਤੇ ਉਹ ਮੇਰੇ ਪਤਾ ਲੱਗ ਗਈ ਤੂੰ ਪਿਛਾਉ ਦੋ ਜਾ,
ਇਹਨਾਂ ਨੂੰ ਦੱਸ ਮੈਂ ਕੌਣ ਆ, ਮੌਤ ਜ਼ਿੰਦਗੀ ਮੇਰੇ ਹੱਥ ਚ, ਮੈਂ ਇਨਵੋਲ ਜ਼ਿੰਦਾ ਵੀ ਕਰ ਸਕਦਾ, ਬੰਦੇ ਬਣ ਜਾਣ ਧੋਣੇ ਨੂੰ ਜ਼ਿੰਦਾ ਕਰਦਾ, ਮੇਰਾ ਕਿਹੜਾ ਜਾਣ ਚੁੱਕੇ। ਸਲਮਾਨ ਇੱਥੇ ਆ ਜਾ, ਇਹਨਾਂ ਨੂੰ ਦੱਸ ਮੈਂ ਕੌਣ ਆ। ਸਲਮਾਨ ਕਰੀ ਬਾਤ ਕਹਿੰਦਾ, ਹੋਏ ਲੋਕੋ ਜਨਾਜ਼ਾ ਚਾਹ ਕੇ ਆਉਣ ਵਾਲੇ, ਜਾਣਦੇ ਹੋ ਜਨਾਜ਼ਾ ਪੜਾਉਣ ਵਾਲਾ ਕੌਣ, ਜਾਣਦੇ ਹੋ ਕੌਣ ਹੈ, ਅੱਜ ਨਾ ਜਾਣਗੇ ਸਲਮਾਨ ਚਾਰ ਦੇ ਰੁਪਈ ਹੁੰਦੀ ਹੈ, ਜਲਦੀ ਗੱਲ ਜਨਾਜ਼ਾ ਪੜਨ ਦੇ ਸਰਕਾਰੇ ਸਲਮਾਨ ਆ ਦੇਣਾ, ਬਹਿ ਜਾਓ ਮੇਰੀ ਸੁਣੋ। ਇਹ ਉਂਗਲੀ ਹਲਾਵੇ ਤੇ ਚੰਨ ਹੁੰਦਾ ਟੁਕੜੇ, ਮੌਲਾ ਸਲਮਾਨ ਉਹ ਪੜਾਵਾਂ ਜਨਾਜ਼ਾ, ਤੇਰੀ ਵੀ ਨਹੀਂ ਨਾ ਮੰਨੀ ਜਾ। ਸਲਮਾਨ ਪੈਰਾਂ ਤੇ ਅੱਲਾ ਪੈਰਾ ਸੁਨੈਣ ਜੀ ਵੀ, ਮੈਨੂੰ ਕਿਸੇ ਸ਼ਹਿਰ ਦੀ ਤੇਰੇ ਦਰ ਤੇ ਕਮੀ ਨਹੀਂ, ਤੇ ਤੇਰੀ ਜੋੜੀ ਜੀਵੇ, ਮੈਨੂੰ ਜਦੋਂ ਉੱਥੋਂ ਦਾ ਟੁੱਕਰ ਜਨਤ ਚ ਹੁੰਦਾ, ਥੋੜਾ ਜਿਹਾ ਨਾਲ ਜਨਤ ਦਾ ਲੰਗਰ ਬਣ ਕੇ ਖਾ ਲਏ, ਭਾਈ ਲਾਲਾ ਉਹ ਨੀ ਜਾਂਦਾ ਪਿੱਛੇ, ਉਸ ਤੋਂ ਨੇੜੇ ਆ ਗਿਆ, ਉਹ ਇਹਦਾ ਬੰਦ ਖੋਲੋ। ਨਹੀਂ ਸਮਝ ਆਈ ਗੱਲ, ਬੜਾ ਪੀਂਦਾ ਪੰਜ ਚੜਿਆ ਯਾਰ, ਸਾਹ ਹੀ ਨੀ ਨਿਕਲਦਾ ਪਿਆ। ਅਲੀ ਜਾਂਦਾ ਪੀ, ਅਲੀ ਜਾਂਦਾ ਪੀ, ਇਹ ਵਾਕ ਅਲੀ ਜਾਂਦਾ ਪੀ, ਸਲਮਾਨ ਦੂਰ ਹੈ ਭਾਈ ਦਾ ਪਿਛਾ, ਕਰੀ ਵਾਕ ਉਹ ਮੇਰੇ ਪੁੱਤਰੋ ਜਲਾ ਲਾ ਉਠਾ ਲੋ, ਹੁਣ ਨਹੀਂ ਜੇ ਟੁਰਦਾ ਮਨ ਕੇ
ਝੂਠੇ ਰਾਬਰ ਛੱਡ ਕੇ ਮੈਂ ਹੁਕਮਦਾਰ ਅਲੀ ਦਾ ਬਣ ਕੇ ਸਾਰੇ ਜਦੋਂ ਦਾਈ ਦਰ ਤੇ ਝੁਕਾਇਆ ਸਾਰੇ ਜਦੋਂ ਦਾਈ ਦਰ ਤੇ ਝੁਕਾਇਆ ਉਦੋਂ ਦੀ ਬਹਾਰ ਆ ਗਈ ਲਾਇਆ ਉਦੋਂ ਦੀ ਬਹਾਰ ਆ ਗਈ।
ਸ਼ਹਿਰ ਦੇ ਵਾਰਡ ਨੀ ਬਣ ਲੈ, ਇਹ ਵਾਰਡ ਨੰਬਰ 3 ਹੈ, 4 ਹੈ, ਨਾਲਿਆਂ ਦੇ ਵਾਰਡ ਬਣੇ ਗਏ ਇੱਥੋਂ, ਇਹਦੇ ਨਾਲ ਨਾਰਾ ਦੋਸਤੋ।